لا إله إلا الله محمد رسول الله. لا إله إلا الله محمد رسول ਨਹੀਂ ਤੇ ਹੁਣ ਹੀ ਮੰਨ ਜਾ ਕਿਉਂ ਪਾਕਿਸਤਾਨ ਵਿੱਚ ਫਿਰਕਾ ਵਰਾਈਅਤ ਨਾ ਵਾ ਕਿਉਂ ਕੌਮ ਨੂੰ ਲੜਾਉਣਾ ਹੈ ਅੱਜ ਇਨਸਾਨ ਬਣ ਦਰੇ ਮੁਸਤਫਾ ਦਾ ਗੁਲਾਮ ਬਣਾ ਆ ਵੀ ਬਚ ਇਮਾਨ ਦੀ ਮੌਤ ਮਾਰ ਗੁਮਰਾਹੀ ਦੀ ਮੌਤ ਕੋਲੋਂ ਬਚ ਧੜੇ ਤਾਂ ਸਭ ਜਮਾਤਾਂ ਕੰਮ ਨਹੀਂ ਆਉਣਾ ਕਿਸੇ ਨਾਲ ਨਹੀਂ ਆਉਣਾ ਕੋਈ ਨਾਲ ਨਹੀਂ ਜਾਣਾ ਕਬਰੋ ਹਸ਼ਰ ਵਿੱਚ ਜੇ ਕੰਮ ਆਉਣਾ ਤੇ ਮਦੀਨੇ ਦੇ ਤਾਜਦਾਰ ਚੰਗੀ ਸੰਗਤ ਕਾਮਲ ਸ਼ੇਖ ਉਸ ਪਾਕ ਦਾਤਾ ਸਾਹਿਬ ਖਾਜਾ ਸਾਹਿਬ ਬਾਬਾ ਸਾਹਿਬ ਸਾਰਿਆਂ ਨੇਕਾਂ ਲੋਕਾਂ ਨੇ ਕੰਮ ਆਉਣਾ ਹਾਂ ਹਾਂ ਮੈਂ ਉਹੀ ਅਧੀਸ ਪੇਸ਼ ਕਰਨਾ ਪਿਆ ਤਵੱਜੋ ਫਰਮਾਨਾ ਕਿਸੇ ਕੰਮ ਜਮਾਤਾਂ ਕੰਮ ਨਹੀਂ ਆਉਣਾ ਜਿਹੜੇ ਕਹਿੰਦੇ ਸੀ ਮਰਾਂਗੇ ਜੇ ਨਹੀਂ ਪੜ੍ਹਨਾ ਤੇ ਇੱਕ ਮਾਕੂ ਲੈ ਭੈੜੇ ਰੋਣ ਨਾਲ ਚੁੱਪ ਚੰਗੀ ਜੇ ਏਡੇ ਬਖੀਲ ਹੋ ਤੁਹਾਨੂੰ ਮੂੰਹ ਨੂੰ ਕੋਈ ਤਕਲੀਫ ਹੈ ਤਾਂ ਰਹਿਣ ਦਿਓ ਮੈਂ ਇਕੱਲਾ ਹੀ ਪੜ੍ਹ ਲਾਂਗਾ ਜ਼ਿਕਰੇ ਰਸੂਲ ਤੁਸੀਂ ਭੈੜੇ ਕੁਝ ਤੇ ਖਿਆਲ ਕਰੋ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਜਿਹੜੇ ਕਹਿੰਦੇ ਸੀ ਮਰਾਂਗੇ ਅੱਜ ਉਹ ਨਵੀਂ ਬਾਜ਼ੀਆਂ ਹਾਰੀਆਂ ਅਨੇ ਜਿਹੜੇ ਤਰਸਦੇ ਦੀਦ ਨੂੰ ਦਿਨੇ ਰਾਤੀ ਅੱਜ ਉਹ ਨਵੀਂ ਬਾਰੀਆਂ ਮਾਰੀਆਂ ਨੇ ਤੇ ਜਦੋਂ ਬਾਗ ਵਿੱਚ ਖਿਜ਼ਾਨੇ ਵਾਲ ਖੋਲੇ ਮਿਲ ਕੇ ਕਹਿ ਲੋ ਜਦੋਂ ਬਾਗ ਵਿੱਚ ਖਿਜ਼ਾਨੇ ਜਦੋਂ ਬਾਗ ਵਿੱਚ ਖਿਜ਼ਾਨੇ ਖਿਜ਼ਾਨੇ ਵਾਲਾ ਜਦੋਂ ਬਾਗ ਵਿੱਚ ਖਿਜ਼ਾਨੇ ਵਾਲ ਖੋਲੇ ਪੰਛੀ ਉੱਡ ਗਏ ਮਾਰੀ ਉਡਾਰੀਆਂ ਅਨੇ ਮੁਹੰਮਦ ਬੂਟਿਆ ਝੂਠਾ ਜੱਗ ਸਾਰਾ ਕਮਲੀ ਵਾਲੇ ਦੀਆਂ ਸੱਚੀਆਂ ਯਾਰੀਆਂ ਨੇ ਤਕਦੀਰ ਨਾਰੇ ਰਿਸਾਲਤ ਨਾਰੇ ਰਿਸਾਲਤ ਆਸਨ ਆਲਿਆ ਤੁਗਰਾ ਸ਼ਰੀਫ ਫੈਜ਼ਾਨ ਫੈਯਾਜ਼ ਆਲਮ ਫੈਜ਼ਾਨ ਫੈਜ਼ ਆਲਮ ਮੈਂ ਖੁਦ ਜ਼ੌਕ ਲੈਣਾ ਚਾਹਨਾ ਇਮਾਨ ਦੀ ਸਲਾਮਤੀ ਨਾਲ ਅੱਲਾ ਜ਼ਾਮਨ ਦੇ ਕੇ ਜਿਹਨੇ ਉੱਚੀ ਏਅਰ ਪੜ੍ਹਨਾ ਨਾ ਇੱਕ ਵਾਰੀ ਗੱਲ ਮੈਂ ਖੁਦ ਜ਼ੌਕ ਲੈਣਾ ਚਾਹਨਾ ਨਹੀਂ ਪੜ੍ਹਨਾ ਤਾਂ ਨਾ ਸਹੀ ਮੈਂ ਆਪ ਜ਼ਰਾ ਜ਼ੌਕ ਲੈਣਾ ਚਾਹਨਾ ਅੱਲਾ ਜ਼ਾਮਨ ਦੇ ਜਿਹਨੇ ਉੱਚੀ ਪੜ੍ਹਨਾ ਉਹ ਕਹਿ ਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਨਾਲ ਤੇਰੇ ਜਿਹੜੇ ਕਹਿੰਦੇ ਜੀ ਮਰਾਂਗੇ ਨਾਲ ਤੇਰੇ ਅੱਜ ਉਹ ਨਵੀਂ ਬਾਜ਼ੀਆਂ ਹਾਰੀਆਂ ਅਨੇ ਜਿਹੜੇ ਤਰਸਦੇ ਦੀਦ ਨੂੰ ਦਿਨੇ ਰਾਤੀ ਅੱਜ ਉਹ ਨਵੀਂ ਬਾਰੀਆਂ ਗੂੰਜ ਪੈਦਾ ਆਖਰੀ ਵੇਲੇ ਦੀ ਮੰਦਰ ਕਸ਼ੀ ਕਰਨਾ ਪਿਆ ਸ਼ਾਇਰ ਨੇ ਕੀਤੀ ਹੈ ਕਿ ਜਦੋਂ ਬਾਗ ਵਿੱਚ ਖਿਜ਼ਾਨੇ ਵਾਲ ਖੋਲੇ ਜਦੋਂ ਬਾਗ ਵਿੱਚ ਖਿਜ਼ਾਨੇ ਖਿਜ਼ਾਨੇ ਵਾਲ ਖੋਲੇ
ਉੱਡ ਗਏ ਮੋਰ ਉਡਾਰੀਆਂ ਅਨੇ ਮੁਹੰਮਦ ਬੂਟਿਆ ਝੂਠਾ ਜਗ ਸਾਰਾ ਕਮਲੀ ਵਾਲੇ ਦੀਆਂ ਸੱਚੀਆਂ ਮੁਹੰਮਦ ਬੂਟਿਆ ਝੂਠਾ ਮੁਹੰਮਦ ਬੂਟਿਆ ਝੂਠਾਈ ਜਗ ਸਾਰਾ ਤੇ ਕਮਲੀ ਵਾਲੇ ਦੀਆਂ ਸੱਚੀਆਂ ਯਾਰੀਆਂ ਨੇ ਕਿਸੇ ਨਾਲ ਨਹੀਂ ਜਾਣਾ ਨਿਆਣੇ ਅਕਲ ਦੇ ਨਾਸਨ ਲਵੋ ਇਹਨਾਂ ਜਿਹਨਾਂ ਧੜਿਆਂ ਪਾਰਟੀਆਂ ਜਮਾਤਾਂ ਜਾਂ ਇਹਨਾਂ ਕਿਸੇ ਕੰਮ ਨਹੀਂ ਆਉਣਾ ਫਰਿਸ਼ਤਿਆਂ ਜਾਂਦਿਆਂ ਕੰਨ ਫੜਾ ਕੇ ਉਹ ਲਿੱਤਰ ਫੇਰ ਰਹਿਣਾ ਜਿਹੜਾ ਰਹਿ ਰੱਬ ਦਾ ਨਾਂ ਬੇੜੇ ਉਹਦੇ ਪਾਰ ਹੋਣਗੇ ਜਿਹੜਾ ਤੇਰੇ ਮੁਸਤਫਾ ਦੀ ਗੁਲਾਮੀ ਲੈ ਕੇ ਜਾਏਗਾ ਸੱਚੀ ਗੱਲ ਅੱਲਾਹੁ ਅਕਬਰ ਮੇਰੇ ਨਬੀ ਪਾਕ ਦੀ ਗੁਲਾਮੀ ਚ ਬੇੜੇ ਪਾਰ ਹੋਣਗੇ ਮਦੀਨੇ ਵਾਲੇ ਦੀ ਗੁਲਾਮੀ ਚ ਬੇੜੇ ਪਾਰ ਹੋਣਗੇ ਵੇਖਿਆ ਜਾਣਾ ਮੇਰੇ ਨਬੀ ਪਾਕ ਦਾ ਗੁਲਾਮ ਹੈ ਕਿ ਨਹੀਂ ਜੇ ਤੇ ਸਰਕਾਰ ਦਾ ਨਾਮ ਲੇਵਾ ਅਜ਼ੀਜ਼ਾਂ ਨੇ ਗਿਰਾਮੀ ਤੁਮਰਸ ਕਰਨਾ ਪਿਓ ਉਦੋਂ ਜੂ ਜਾਣੇ ਅੱਜ ਕੌਮ ਨੂੰ ਲੜਾਓ ਨਾ ਮੁਲਕ ਵਿੱਚ ਗਰੋਹ ਬੰਦੀ ਤੇ ਫਿਰਕਾ ਬਣਾਈਏ ਤੇ ਮਜ਼ਬੀ ਫਸਾਦਾਤ ਨਾ ਕਰਾਓ ਆਓ ਜਰੇ ਮੁਸਤਫਾ ਦਾ ਗੁਲਾਮ ਬਣਾਓ ਆਪਣਾ ਵੀ ਬੇੜਾ ਪਾਰ ਕਰੋ ਤੇ ਕੌਮ ਦਾ ਵੀ ਬੇੜਾ ਪਾਰ ਕਰੋ ਅੱਲਾਹੁ ਅਕਬਰ ਮੇਰੇ ਨਬੀ ਪਾਕ ਦੇ ਗੁਲਾਮ ਹਜ਼ੂਰ ਅਲੈਹਿ ਸਲਾਤੁ ਸਾਰੇ ਲੋਕੀ ਰਲ ਕੇ ਜਾਣਗੇ ਵਿੱਚੋਂ ਹੀ ਮੌਲਵੀ ਜਾਣੇ ਨੇ ਜਿਹੜੇ ਅੱਜ ਖੌਰੂ ਕੱਢ ਕੱਢ ਕੇ ਮਰਾ ਪੋਲੇ ਕਰ ਦਿੱਤੇ ਨੇ ਅੱਲਾਹ ਤੋਂ ਸਵਾ ਨਹੀਂ ਮੰਗਣਾ ਚਾਹੀਦਾ ਅੱਲਾਹ ਤੋਂ ਸਵਾ ਕੋਈ ਮੁਸ਼ਕਲ ਗੁਸ਼ਾ ਨਹੀਂ ਸਾਰਿਆਂ ਜਾਣਾ ਉੱਥੇ ਤੇ ਜੇ ਉਹ ਦਿਨ ਜਾਣਾ ਤੇ ਕਿਆਮਤ ਵਾਲੇ ਦਿਨ ਜੋ ਜਦੋਂ ਸਰਕਾਰ ਕੋਲ ਮਦਦ ਮੰਗਣੀ ਜੇ ਨਬੀਆਂ ਕੋਲ ਜਾਣਾ ਹੈ ਬੋਲੋ ਨਬੀਆਂ ਕੋਲ ਉਦੋਂ ਹੀ ਆਖਣੇ ਹਜ਼ੂਰ ਸਾਡੇ ਤੇ ਮਿਹਰਬਾਨੀ ਕਰੋ ਨਜ਼ਰੇ ਕਰਮ ਕਰੋ ਹਜ਼ੂਰ ਸਾਡੇ ਤੇ ਨਿਗਾਹ ਬੜਾ ਔਖਾ ਵੇਲਾ ਸਵਾ ਨੇ ਦੇ ਤੇ ਸੂਰਜ ਤਾਂਬੇ ਦੀ ਜ਼ਮੀਨ ਕਈਆਂ ਦੀਆਂ ਜੀਭਾਂ ਬਾਹਰ ਨਿਕਲੀਆਂ ਹੋਣਗੀਆਂ ਕਈ ਸਾਨੂੰ ਆਦੇ ਜੀ ਖਬਰ ਮੇ ਵਿਛੂ ਗੇ ਸਾਂਪ ਕਾਂਟੇ ਕੇ ਵਿਛੂ ਮੈਂ ਕਿਹਾ ਪੰਜ ਸੱਤ ਦਸ ਕਿਲੋ ਪੰਜਾਹ ਕਿਲੋ ਦਾ ਵਿਛੂ ਬਹਿ ਕੇ ਉਦੋਂ ਲੜੇਗਾ ਉਸ ਜ਼ਬਾਨ ਤੇ ਹੁਣ ਭੌਂਕ ਨਬੀ ਦੀ ਸ਼ਾਨ ਚ ਕਿਵੇਂ ਉਹ ਗੁਸਤਾਖ ਰਸੂਲ ਨੂੰ ਲੜੇਗਾ ਬਦ ਜ਼ਬਾਨ ਨੂੰ ਲੜੇਗਾ ਜਿਸ ਜ਼ਬਾਨ ਨੇ ਦਰੂਦ ਸਲਾਮ ਪੜ੍ਹਨਾ ਉਹਨੂੰ ਕੀ ਹੋਣਾ ਮੈਂ ਐਵੇਂ ਨਹੀਂ ਗੱਲ ਕਰਦਾ ਵਾਕਿਆ ਪੇਸ਼ ਕਰਦਾ ਇਮਾਮ ਯੂਸਫ ਨੇ ਬਾਨੀ ਨੇ ਫਜ਼ਾਇਲ ਦਰੂਦ ਸ਼ਰੀਫ ਦੇ ਵਾਕਿਆ ਬਿਆਨ ਕੀਤਾ ਮੂਸਾ ਅਲੈਹਿ ਸਲਾਮ ਦੇ ਦੌਰ 'ਚ ਇੱਕ ਬੰਦਾ ਫੌਤ ਹੋ ਗਿਆ ਲੋਕਾਂ ਨੇ ਚੁੱਕ ਕੇ ਬਾਹਰ ਸੁੱਟ ਦਿੱਤਾ ਪੰਜਾਬੀ ਤਰਜਮਾ ਕਰ ਲੈ ਪੰਜੇ ਐਬ ਸ਼ਰੀ ਪੰਜਾਬੀ ਤਰਜਮਾ ਲੋਕਾਂ ਆਖਿਆ ਬੜਾ ਭੈੜਾ ਬਾਹਰ ਸੁੱਟ ਦਿੱਤਾ ਜਿਸ ਵੇਲੇ ਬਾਹਰ ਸੁੱਟ ਦਿੱਤਾ ਮੂਸਾ ਅਲੈਹਿ ਸਲਾਮ ਕੋਈ ਉਹਦੇ ਕਫਨ ਦਫਨ ਦਾ ਇੰਤਜ਼ਾਮ ਕਰਨ ਵਾਸਤੇ ਤਿਆਰ ਨਹੀਂ ਜੀ ਉਠਾਓ ਫਜ਼ਾਇਲੇ ਦਰੂਹ ਇਮਾਮ ਯੂਸਫ ਨਿਬਾਨੀ ਰਹਿਮਤੁਲਾਹ ਅਲੈਹ ਨੇ ਵਾਕਿਆ ਨਕਲ ਕੀਤਾ ਹੈ ਹਜ਼ਰਤ ਮੂਸਾ ਅਲੈਹਿ ਸਲਾਮ ਅੱਲਾ ਦੇ ਕੋਲ ਤੂਰ ਤੇ ਜਾ ਕੇ ਹਮ ਕਲਾਮ ਹੁੰਦੇ ਸਨ ਰੱਬ ਨਾਲ ਰੱਬ ਨੇ ਜਾ ਕੇ ਜਿਸ ਵੇਲੇ ਤੂਰ ਤੇ ਪਹੁੰਚੇ ਮੂਸਾ ਰੱਬ ਨੇ ਆਖਿਆ ਮੂਸਾ ਯਾ ਰੱਬੁਲ ਆਲਮੀਨ ਹੁਕਮ ਹੋਵੇ ਫਰਮਾਇਆ ਬੜਾ ਪਿਆਰਾ ਕਲੀਮ ਏ ਗੱਲਾਂ ਫੇਰ ਕਰਾਂਗੇ ਹੁਣ ਇੰਜ ਕਰ ਪਹਿਲਾਂ ਇਹ ਕੰਮ ਕਰ ਇੱਕ ਮੇਰਾ ਬੰਦਾ ਇੰਤਕਾਲ ਕਰ ਗਿਆ ਫੌਤ ਹੋ ਗਿਆ ਏ ਲੋਕਾਂ ਬਾਹਰ ਸੁੱਟ ਛੱਡਿਆ ਜਾ ਕੇ ਉਹਨੇ ਕਫਨ ਦਫਨ ਦਾ ਇੰਤਜ਼ਾਮ ਕਰ ਬੇੜਾ ਮੇਰਾ ਬੜਾ ਮਕਬੂਲ ਬੰਦਾ ਈ ਹਜ਼ਰਤ ਮੂਸਾ ਹੈਰਾਨ ਹੋ ਗਏ ਇੰਨਾ ਮਕਬੂਲ ਬੰਦਾ ਜਿਸਲੇ ਗਏ ਜਾ ਕੇ ਵੇਖਿਆ ਲੋਕਾਂ ਕੋਲੋਂ ਪੁੱਛਿਆ ਡਾਇਰੀ ਅੱਛੀ ਨਹੀਂ ਰਿਪੋਰਟ ਅੱਛੀ ਨਹੀਂ ਲੋਕ ਆਖਿਆ ਜੀ ਬੜਾ ਗਲਤ ਸੀ ਅੰਜ ਕਰਦਾ ਸੀ ਅੰਜ ਕਰਦਾ ਆਹ ਵੀ ਕਮੀ ਆਹ ਵੀ ਕਮੀ ਅਮਲੀ ਕੁਤਾਈਆਂ ਸਨ ਵਾਧਾ ਕੀਤਾ ਨਹੀਂ ਸੀ ਅਮਲੀ ਕੁਤਾਈਆਂ ਸਨ ਵਾਧਾ ਕੀਤਾ ਵਾਧਾ ਕੀਤਾ ਰੱਬ ਦੇ ਨੇੜੇ ਰਹਿ ਨਹੀਂ ਸਕਦੇ ਮੈਂ ਕੁਰਾਨ ਪੇਸ਼ ਕਰ ਦਿੰਦਾ ਉਹਦੀ ਵਜ੍ਹਾ ਹਜ਼ਰਤ ਆਦਮ ਅਲੈਹਿ ਸਲਾਮ ਦੇ ਮੁਕਾਬਲੇ ਜਿਸ ਵੇਲੇ ਅਬਾ ਵਾਸਤਕਬਰ ਤਕਬਰ ਰੱਬ ਅੱਗੇ ਦਫਾ ਹੋ ਜਾ ਨਬੀ ਦਾ ਗੁਸਤਾਖ ਮੇਰੀ ਬਾਰਗਾਹ ਚ ਕਬੂਲ ਹੈ ਹੀ ਨਹੀਂ ਨਿਕਲੇ ਤੂੰ ਨਿਕਲ ਦਲੀਲਾ
समझ आ गई जी गल? नहीं समझे सारे नहीं समझ, मैं थोड़ी वजाहत कर देना, मैं लंबी ना हो जाए। जो रब ने आखना वह इस को लिल मलाइका तिस जदू ले आदम फासा जदू ला इबलीस बाबा तक बरा वकान मिन अल काफिरीन। रब ने आख्या सारे सजदा करो, सारे किया इला इबलीस, इबलीस आकर गया तेनू की पंजाबी तर्ज में रब आ गया तेनू की तकलीफ होता क्या आना खैर मिन हो और उसे अल्फाज ने अबावास तक बरा रब आख्या वो मेरा खलीफा हो सके भावें तेरा खलीफा तेनू मानना वा हो सके मेरा नबी आ हो सके भावें तेरा नबी है सिर्फ तेनू मानना। रब आख्या फाखर हो जा निकल जाए इतों वकाना मिनल काफरीन तो काफर हो गया निकल जाता भाव जाता रब जाता इन्नी चिर ला तादाद मुद्दत अल्लाह अल्लाह कीती जिक्रो अज़कार कीता रुकू सजदे कयाम जिक्रो अज़कार इना कीता जिदा हिसाब नहीं। रब आख्या निकल जा मेरी नमाज़ रोज़े हवा मंसूर आप खेर दिए जाए निकल जा मेरी बारगाह जो दफा हो जा हो सके टूट जा। रब आख्या निकल जा बिस्तरा चुल्ला चैनक मकबूल बंदा नहीं बनता नहीं समझे इस वास्ते निरा यूनिफॉर्म ही ना वेख लिया करो आ कई होंगे ने जी फलाने बड़े दूजे ही बड़े नेक बंदे ने तेरी अकल दे फिटे हूं जिन्हों नेक बंदा आने पे किनू नेक आने पे ओ तेनू तो खा लान वास्ते ओ सारे काम करे जे नेक हुंदा ते नबी पाक दे दर दा गुलाम हुंदा नबी दे फजाइल खसाइस इल्म इख्तियारात नूरानियत इन्हां नू मानदा जेड़ा नबी दा कलमा पढ़ के नबी नाल वफा नहीं करदा ओ तेरा सज्जन कित्थों हो गया। निकल जाओ के लिया मेरा समान चुल्हा चैनक लिया राय पिया तुहानू किले टुरदा फिरदा शायद मिलिया होए साडे कई बंदे बड़े भोले होंदे ने चलो जी दीन दी गल करदे मैं कि तेरी अकल ते भी अल्लाह ही परदा पाए हुण की तेनू आखा तेनू समझ नहीं आउंदी बड़े कई साडे मौलवी एडे मुसले हो गए ने ना मर्दे ते एक पासे औरत ते एक पासे काफर ते एक पासे ईमान आला ते एक पासे विचले सन या मुनाफक जे मजहबी तौर ते वेख्या जाए मुनाफक ते जे उंज जे वेखिए ते उहनां नूं खुसरे आंदे ने इहनां नूं मजहबी खुसरे कह लो या म्याणिआं नूं जिहड़े विच सारे ते सांझे लगे फिरदे ने मैं नहीं इहनां दा कायल ना सरकार मैनू रब्बुल इज्जत की कसम मां नूं तां मनना मेरे नबी दी गुलाम है बाप नूं तां मनना नबी दी गुलाम है रिश्तेदार दुनिया ते तल्लकात वास्ता है ही उहदे नाल जिहड़ा हजूर दा गुलाम है जिहड़ा सरकार दा नहीं मारिया जुत्ती तो सानूं की कहदा भार है। नारे तकबीर नारे रिसालत सैयदी व मुर्शदी सैयदी व मुर्शदी सैयदी व मुर्शदी गुलाम है गुलाम है गुलाम है गुलाम है नारे रिसाल जिन्ना पिलपला होवेगा उन्नी मुनाफकत होवेगी जिन्ना पक्का होवेगा उन्ना ईमान मजबूत होगा क्यों कि ईमान हजूर दी अकीदत दा नाम है। ओए ओ मजनू कहड़ा जेड़ा लैला दा गिला सुन ले मजनू नहीं ओ ड्रामेबाज वाह इकबाल तर्जमा हदीस दा कर छड़े कुरान दा कर छड़े इकबाल बोलने के मगज़े कुरान मगज़े कुरान रूह है ईमान
جان دی مل کے کہہ لو مقصد قرآن روح ایمان او جان دی جان دی ہس تو حب رحمت العالمین ہس تو حب رحمت العالمین پہ جا درا ہس تو حب رحمت مغز قرآن مغز قرآن روح ایمان جان دی ہس تو حب رحمت العالمین فرمایا او نبی پاک دی محبت او نبی پاک دی محبت دا نا ایمان کی دا نا ہے بولو حضور دی تو مرض کر بھاتوی نہ ہو جائے حضور دی سارے نبیاں کو جان گے قیامت والا دن ساڈی سچائی دا دن ہوئے گا جدو جانا ہے پتا لگ جانا ہے اہل سنت دا حق ہے پھر کی ہوئے گا بد بات اندی رسوائی دا دینے وہ دنے سا اج میں اج کل نہیں اصل رے وہ جی مندر نا ریحسل کرائی دی ہے یہ ریحسل کر دینے پہ جتے گئے نہیں ہم مانتے ہیں ہم مانتے ہیں بنا مانتا ہے میرے نبی پاک دے غلامی جڑی ہے وہ جڑے سارے جان چلے گل ہے کہ مرے تے لوک آکھن فلانے دا سی دوجیاں دی ضرورت کچرے نو کی کرنا بالکل صحیح آفزا بات چکے ہجرت کر کے گیا تو تعلق تے مڈیالہ شریف نال اوتھے ایک واری گل ہوئی نا او جی پھر ایہو جہے تے جنازے نال وی ایہو جہے اینے رسدے ہوندے نا میں گیا چھولے جی تینوں کی پتہ ہوئے جدن فقیر بویا ادھر راہ ویکھ لے جنازے میں نے اس کو جمعے میں جواب دیا قریب ہی تھا وہ میں کہ میرے مرنے پہ ہر سو شور مچ جائے گا دیکھو میرے مرنے پہ ہر سو شور مچ جائے گا دیکھو گے کہ کہنے الوداع سرکار خود ہی تشریف لائے ہیں کہ کہنے الوداع سرکار خود ہی تشریف لائے ہیں میں کیا میرا نبی لگ پالے دنیا کے کسی بندے نال تعلق ہوے اولاں دے یار آخری ویلے نے ساری ساڈے نال نبھائی نبھائیے شیخ بھی یہی ہوتا ہے شیخ بھی یہی ہوتا ہے لیکن اس واسطے رب نے آکے وَقُونُ مَا سَانَا دَكِي مقبول بندیاں نیکاں لوکاں نال اولیاء اللہ نال تعلق پیدا کرو وَقُونُ حضرت انس رضی اللہ تعالی فرماؤں دے نے کہ جس لئے حضور نے فرمایا عرض کیتا یا رسول اللہ آپ یا کسی صحابی نے کولو راوی حضرت انس نے
کہ یا رسول اللہ صلی اللہ علیہ وسلم جڑا دنیا تے کس نال تعلق قائم فرمایا جدے نال تعلق ہوئے گا قیامت والے دن او دے نال ہوئے گا جے کسے بادا کیدا نال برے نال تیرا تعلق ہویا تے تیرا بھی حال ہوئی ہوئے گا تے جے اللہ نبیاں ولیاں پیراں وغیراں آل رسول اصحاب رسول ازواج رسول اولاد رسول نہ ہویا قیامت والے دن تیرا بھی حشر انہاں دے نال ہوئے گا اللہ اس واسطے نیکاں دا ونگ تعلق رکھو کسی دے ہو کے مریے نا کسی نال پیار کیتا ہوئے تے لوگ اے وفادار ذاتاں ہوندیاں نے بار سٹ دے موسا اج گل نہیں کرنی اج پھر کراں گے گل میرا کہ مقبول بندہ فوت ہو گیا حضرت موسا گئے رپورٹ چنگی نہ آئی انہیں کہ انجدہ سی آج عقیدے دا برا نہیں سی بولو عقیدے دا بولو بھی جڑی گل عملی کوتاہیاں سن چھوٹی موٹی غلطی بندے نو کبائر تو بچنا چاہیدا ہے چھوٹی موٹی ہو جاندی ہے کوئی بات نہیں بندیاں کولو ہو جاندی ہے تے بعد را قابل غور ہو موسیٰ علیہ السلام نے ویکھیا رپورٹ پر رب دا حکم سی بڑے احترام دے نال تقدس نال پورے پروٹوکول نال کفن دفن دا انتظام کیتا جس ویلے سارے کر کے جدوں موسیٰ علیہ السلام ٹر پئے سارے ٹر پئے جن لوگ سن او وی چل پئے فارغ ہونے تو بعد پھر تور تے گئے یا اللہ ہم کلام ہوئے حضرت موسیٰ علیہ السلام عرض کر دینے یا اللہ قادر مطلق ہے تیرے راگاں دا نہیں پتا توں دس کی او تے رپورٹ ہی اچھی نہیں سی ان جان جے اس طرح دا ہے اوئے آ کمیاں نے فرمایا موسیٰ ہاں او لوگ ٹھیک آندے نے پے کوئی الزام نہیں لگاندے ایویں دا سی پھر یا اللہ تینوں کیڑی ادا پسند آ گئی ہے فرمایا تورات پڑھدا سی پیا وچ میرے حبیب دا نام آ گیا سی بانے دی فضائل درود میرے کولے میں بخاؤں گال غلط ہوئے مو منگیا ہی نام دے دیا میرے نبی دا نام آ گیا سی یا اللہ پھر اکھے سے پیار کیتا درود پڑھیا چمیا پیار کیتا امام الانبیاء ایڈیاں شانہ والا نبی چکے فضائل نانل پیار کیتا درود پڑیا مسلمان بھائیو توجہ فرمایا جدو انہیں ان ڈٹھیا میری سرک میرے حبیب نال پیار کیتا ہے او دیتے پیار نال درود پڑیا او دی کترال میں دے سارے گناہ معاف کر دیتے میں او دی برکت نہ لے دے میں سارے گناہ معاف کیتے میں تیرے نام ربی لکھیاں شفاواں نے تیرے نام ربی لکھیاں شفاواں نے تیرے نام ربی لکھیاں شفاواں نے تیرے نام یا سیدی یا رسول اللہ تیرے نام ربی